ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਤਨ ਤਨ ਸੰਤਮਉ ਪੁਰਖ ਬੱਬਾ ਈਸ਼ਰ ਸਿੰਘ ਜੀ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਕਿਵੇਂ ਉਹਨਾਂ ਨੇ ਇੱਕ ਇਸਤਰੀ ਦੀ ਜੋ ਰੋਗ ਦੇ ਨਾਲ ਪੀੜਤ ਸੀ ਉਸ ਨੂੰ ਨਵੀਂ ਜ਼ਿੰਦਗੀ ਬਖਸ਼ੀ ਇਸ ਘਟਨਾ ਦਾ ਜ਼ਿਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਖਾਸ ਕਰਕੇ ਜੋ ਡਰ ਹੈਗੇ ਆ ਇਹ ਚਾਰ ਡਰ ਜਿਹੜੇ ਹਨ ਇਨਸਾਨ ਦੇ ਜੀਵਨ ਦੇ ਵਿੱਚ ਗਰਵਾਣੀ ਨੇ ਦੱਸੇ ਹੈਗੇ ਆ ਤੇ ਇਹਨਾਂ ਚਾਰ ਡਰਾਂ ਦੇ ਵਿੱਚੋਂ ਇੱਕ ਡਰ ਹੈ ਬਿਮਾਰੀ ਦੇਖੋ ਬਿਮਾਰੀ ਜਿਹੜੀ ਆ ਨਾ ਕਿਸੇ ਵੀ ਇਨਸਾਨ ਨੂੰ ਜਿਹੜੀ ਹੈ ਉਹ ਹੋ ਸਕਦੀ ਆ ਅਗਰ ਕੋਈ ਇਨਸਾਨ ਬਹੁਤ ਕਸਰਤ ਕਰੇ ਮਿਹਨਤ ਕਰੇ ਸਵੇਰ ਸ਼ਾਮ ਸੈਰ ਵੀ ਕਰੇ ਫੇ ਵੀ ਦੇਖਿਆ ਗਿਆ ਕਿ ਉਹ ਜਲ ਅਖਰ ਕੋਈ ਸਮਾਂ ਆਉਂਦਾ ਹਨਾ ਉਸ ਸਮੇਂ ਦੇ ਵਿੱਚ ਉਹ ਬਿਮਾਰੀ ਦੇ ਨਾਲ ਪੀੜਤ ਹੋ ਜਾਂਦਾ ਹੈਗਾ ਫਿਰ ਮੰਨਦੇ ਵਿੱਚ ਹੈਰਾਨੀ ਹੁੰਦੀ ਹੈ ਵੀ ਇੰਨੀ ਕਸਰਤ ਕਰਨ ਦੇ ਨਾਲ ਵੀ ਆਦਮੀ ਨੂੰ ਬਿਮਾਰੀ ਕਿਉਂ ਲੱਗੀ ਦਰਸਲ ਦੇ ਕੀ ਹੁੰਦਾ ਹੈਗਾ ਕਿ ਜਿਹੜੇ ਰੋਗ ਆ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਜਿਹੜਾ ਸਰੀਰਕ ਰੋਗ ਹੈਗਾ ਉਹ ਜਿਵੇਂ ਅਸੀਂ ਕੋਈ ਭੱਖ ਪਦਾਰਥ ਖਾ ਲੈਂਦੇ ਆ ਉਹਨਾਂ ਦੇ ਨਾਲ ਬਣਦਾ ਹੈ ਦੂਸਰਾ ਜਿਹੜਾ ਸਰੀਰਕ ਰੋਗ ਹਨ ਉਹ ਸਰੀਰਕ ਰੋਗ ਜਿਸ ਨੂੰ ਅਸੀਂ ਕਰਮ ਰੋਗ ਆਖਦੇ ਹਾਂ ਉਸ ਦੇ ਕਰਮ ਰੋਗ ਦੇ ਬਜੂ ਇਸ ਜਿਹੜਾ ਰੋਗ ਹੈ ਆਪਣੇ ਆਪ ਸਰੀਰ ਦੇ ਅੰਦਰ ਬਣ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਕਰਮ ਰੋਗ ਹੈ ਬਿਮਾਰੀ ਜਿਹੜੀ ਹੈ ਇਹ ਕਿਸੇ ਦਵਾਈ ਦੇ ਨਾਲ ਕੱਟੀ ਨਹੀਂ ਜਾਂਦੀ ਇਸ ਨੂੰ ਤਾਂ ਕੋਈ ਸੰਤ ਮਹਾਪੁਰਖ ਮਹਾਤਮਾ ਹੀ ਕੱਟ ਸਕਦਾ ਹੈਗਾ ਇਸ ਕਰਕੇ ਇਹ ਕਰਮ ਰੋਗ ਇਨਸਾਨ ਨੂੰ ਭੋਗਣਾ ਪੈਂਦਾ ਹੈਗਾ ਪਰ ਹਾਂ ਜਿਹੜੇ ਗੁਰਮੁਖ ਪਿਆਰੇ ਸਮਝਦਾਰ ਹੁੰਦੇ ਆ ਉਹ ਸਮਝ ਜਾਂਦੇ ਆ ਕਿ ਮੈਨੂੰ ਕਰਮ ਰੋਗ ਕੋਈ ਪਿਛਲੇ ਜਨਮਾਂ ਦਾ ਜਿਹੜਾ ਹੈਗਾ ਕਰਮ ਰੋਗ ਬਣ ਕੇ ਮੇਰੇ ਸਰੀਰ ਤੇ ਆ ਗਿਆ ਇਹ ਮੈਨੂੰ ਹੁਣ ਸਰੀਰ ਤੇ ਭੋਗਣਾ ਪੈਣਾ ਹੈਗਾ ਇਸ ਕਰਕੇ ਇਹ ਰੋਗ ਘੱਟ ਸਮੇਂ ਦੇ ਵਿੱਚ ਭੋਗਿਆ ਜਾਵੇ ਇਸ ਕਰਕੇ ਉਹ ਗੁਰਮੁਖ ਪਿਆਰੇ ਗਰਵਾਣੀ ਦਾ ਓਟ ਅਸਰਾ ਲੈਂਦੇ ਆ ਤੇ ਸਾਧੂ ਸੰਤਾਂ ਦੀ ਸ਼ਰਨ ਤੇ ਜਾਂਦੇ ਆ ਤੇ ਉਹਨਾਂ ਦੀ ਸ਼ਰਨ ਤੇ ਜਾਣ ਦੇ ਨਾਲ ਇਹ ਰੋਗ ਜਿਹੜਾ ਹੈਗਾ ਜਿਹੜਾ ਧੀਰ ਕਾਲ ਹੁੰਦਾ ਹੈਗਾ ਇਹ ਰੋਗ ਜਿਹੜਾ ਹੈਗਾ ਇਹ ਬਹੁਤ ਘੱਟ ਸਮੇਂ ਦੇ ਵਿੱਚ ਕੱਟਿਆ ਜਾਂਦਾ ਹੈਗਾ ਇਸ ਕਰਕੇ ਇਹ ਕਰਮ ਰੋਗ ਨੂੰ ਹੀ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੈਗੇ ਆ ਕਿਵੇਂ ਆਪਣੀ ਇੱਕ ਨਜ਼ਰ ਦੇ ਨਾਲ ਕੱਟ ਦਿੰਦੇ ਆ ਦੇਖੋ ਸੰਤਾਂ ਦੀ ਮਹਿਮਾ ਜਿਹੜੀ ਹੈ ਬਣੀ ਕਹਿੰਦੀ ਬੇਦ ਨਹੀਂ ਜਾਣਦੇ ਪਰ ਸੰਤਾਂ ਦੀ ਨਜ਼ਰ ਜਿਹੜੀ ਪਾਰਦਰਸ਼ੀ ਹੁੰਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਭਾਈ ਇਹਦੇ ਅੰਦਰ ਜਾਂ ਇਹਦੀ ਆਤਮਾ ਦੇ ਅੰਦਰ ਇਹਦੇ ਮਨ ਦੇ ਅੰਦਰ ਕਿਹੜਾ ਰੋਗ ਕੀ ਕਰ ਰਿਹਾ ਹੈਗਾ ਤੇ ਇਹ ਰੋਗ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਕਿਉਂਕਿ ਮਹਾਂਪੁਰਸ਼ਾਂ ਦੇ ਪਾਸ ਹਰ ਇੱਕ ਮੁਸ਼ਕਲ ਦਾ ਹੱਲ ਹੁੰਦਾ ਹੈਗਾ ਦੇਖੋ ਜਿਵੇਂ ਇੱਕ ਦੱਸਦੇ ਆ ਇੱਕ ਪਰਿਵਾਰ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਜੀ ਦੇ ਪਾਸ ਆਇਆ ਜਾਦ ਆਇਤ ਉਹਨਾਂ ਦੇ ਨਾਲ ਇੱਕ ਇਸਤਰੀ ਸੀਗੀ ਜਨਾਨੀ ਸੀ ਜਾਦੀ ਬੀਬੀ ਜਿਹੜੀ ਆ ਉਸ ਪਰਿਵਾਰ ਦੇ ਨਾਲ ਆਈ ਤੇ ਉਸ ਪਰਿਵਾਰ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਬੀਬੀ ਸਾਦੀ ਜਿਹੜੀ ਹੈਗੀ ਆ ਇਹ ਕਾਫੀ ਚਿਰ ਤੋਂ ਬਿਮਾਰੀ ਦੇ ਨਾਲ ਪੀੜਤ ਹੈਗੀ ਆ ਤੇ ਇਸ ਨੂੰ ਇੱਕ ਐਸਾ ਰੋਗ ਲੱਗ ਗਿਆ ਕਿ ਜਿਹਦਾ ਇਲਾਜ ਕੋਈ ਨਹੀਂ ਹੈਗਾ ਤੇ ਅਸੀਂ ਪੂਰੀ ਬਾੜ ਾਲਾ ਚੁੱਕੇ ਆ ਪਰ ਇਸ ਨੂੰ ਰਾਮ ਨਹੀਂ ਆਇਆ ਇਹਦਾ ਸਰੀਰ ਪੂਰੀ ਤਰ੍ਹਾਂ ਸੁੱਕ ਗਿਆ ਹੈਗਾ ਤੇ ਬਸ ਅਸੀਂ ਆਪ ਜੀ ਦੇ ਪਾਸ ਬੇਨਤੀ ਕਰਦੇ ਹਾਂ ਕਿ ਤੁਸੀਂ ਅਰਦਾਸ ਬੇਨਤੀ ਕਰੋ ਕਿ ਇਸ ਬੀਬੀ ਦੇ ਉੱਪਰ ਪਰਦਾ ਪੈ ਜਾਵੇ। ਭਾਵ ਕਿ ਇਹਦਾ ਜਿਹੜਾ ਸਰੀਰ ਹੈ ਇਹਦੇ ਸਰੀਰ ਤੇ ਨੂੰ ਛਟਕਾਰਾ ਹੋ ਜਾਵੇ। ਜਦ ਬਾਬਾ ਅਸ਼ਰ ਸਿੰਘ ਜੀ ਦੇ ਪਾਸ ਉਸ ਪਰਵਾਰ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਸੀ। ਤੇ ਬਾਬਾ ਅਸ਼ਰ ਸਿੰਘ ਜੀ ਨੇ ਉਸ ਬੀਬੀ ਵੱਲ ਤੱਕਿਆ ਤੱਕ ਕੇ ਕਹਿਣ ਲੱਗੇ ਕਹਿੰਦੇ ਪਤਾ ਨਹੀਂ ਉਸ ਪਰਮੇਸ਼ਰ ਨੂੰ ਕੀ ਮਨਜ਼ੂਰ ਹੈਗਾ। ਇਹ ਤਾਂ ਕੋਈ ਕਹਿ ਨਹੀਂ ਸਕਦੇ। ਪਰ ਉਹ ਪਰਵਾਰ ਕਰਨ ਲੱਗਾ ਬੱਬਾ ਜੀ ਵੀ ਸਾਡੇ ਤੋਂ ਇਹ ਤਾਂ ਰੋਗ ਦੇਖਿਆ ਨਹੀਂ ਜਾਂਦਾ ਹੈਗਾ ਹਰ ਟਾਈਮ ਜਿਹੜੀ ਇਹ ਬੀਬੀ ਹੈਗੀ ਹੈ ਹਾਈ ਹਾਈ ਕਰਦੀ ਰਹਿੰਦੀ ਕਰ ਲਾਉਂਦੀ ਰਹਿੰਦੀ ਆ ਬੱਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਕਰ ਲਓ ਅਸੀਂ ਤੁਹਾਨੂੰ ਇੱਕ ਪੰਕਤੀ ਦਿੰਨੇ ਆ ਤੁਸੀਂ ਇੱਕ ਸਜਣ ਉਸ ਦੀ ਜ਼ਿੰਮੇਵਾਰੀ ਲੈ ਲਓ ਜਿਹੜਾ ਪੰਕਤੀ ਜਿਹੜੀ ਹੈ ਇਸ ਬੀਬੀ ਨੂੰ ਸੁਣਾਇਆ ਕਰੇ ਤਾਂ ਫੇਰ ਜਿਹੜਾ ਹੈਗਾ ਇਸ ਪੰਕਤੀ ਦਾ ਜੋ ਕਮਾਲ ਹੈ ਜੋ ਸ਼ਕਤੀ ਦਾ ਕਮਾਲ ਹੈ ਤੁਸੀਂ ਦੇਖੋਗੇ ਉਹਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਬੀਬੀ ਦੇ ਨਾਲ ਜ਼ਿਆਦਾ ਸਨੇਹ ਹੈਗਾ ਉਹ ਕਹਿੰਨ ਲੱਗਾ ਬਾਬਾ ਜੀ ਤੁਸੀਂ ਮੈਨੂੰ ਪੰਕਤੀ ਦਿਓ ਮੈਂ ਪੰਕਤੀ ਦਾ ਜਾਪ ਕਰਾਂਗਾ ਫਿਰ ਦੇਖੋ ਉਸ ਟਾਈਮ ਬਾਬਾ ਇਸ਼ਰ ਸਿੰਘ ਉਹਨਾਂ ਨੇ ਗਰਵਾਣੀ ਦੀ ਅੱਧੀ ਪੰਕਤੀ ਦਿੱਤੀ ਜਦ ਅੱਧੀ ਪੰਕਤੀ ਦਿੱਤੀ ਤੇ ਇਸ ਅੱਧੀ ਪੰਕਤੀ ਦਾ ਕਮਾਲ ਇਹ ਹੋਇਆ ਕਿ ਉਸ ਬੀਬੀ ਦਾ ਜਿਹੜਾ ਰੋਗ ਸੀਗਾ ਹਨ ਉਹ ਦਿਨ ਦਿਨ ਉਹਦੇ ਵਿੱਚ ਸਿਹਤਾਰ ਹੋਣ ਲੱਗ ਪਿਆ ਸੀਗਾ ਸੋ ਜਿਹੜੀ ਅੱਧੀ ਪੰਕਤੀ ਮਹਾਂਪੁਰਖਾਂ ਨੇ ਉਹਨਾਂ ਨੂੰ ਦਿੱਤੀ ਸੀ ਉਹ ਪੰਕਤੀ ਇਹ ਸੀਗੀ ਕਿ ਸਰਬ ਰੋਗੋ ਔਖਦਨਾ ਬਿ ਸਾਰੇ ਰੋਗਾਂ ਦਾ ਇੱਕੋ ਇੱਕ ਔਸ਼ਧੀ ਹੈ ਦਵਾਈ ਹੈ ਉਹ ਕੀ ਹੈ ਉਹ ਕੇਵਲ ਹੈ ਨਾਮ ਸਰਬ ਰੋਗੋ ਔਖਦਨਾ ਬਸ ਇੰਨਾ ਹੀ ਮਹਾਂਪੁਰਖਾਂ ਨੇ ਇਹ ਅਧੀ ਪੰਕਤੀ ਦਿੱਤੀ ਸੀ ਅਗਲੀ ਪੰਕਤੀ ਜਿਹੜੀ ਸੀ ਕਲਿਆਣ ਰੂਪ ਮੰਗਲ ਗੁਣ ਗਾਮ ਇਹ ਮਹਾਂਪੁਰਖਾਂ ਨੇ ਜਿਹੜੀ ਸੀ ਇਹ ਨਹੀਂ ਰਸਨਾ ਤੋਂ ਉਚਾਲੀ ਸੀ ਬਸ ਕਿਹਾ ਸੀਗਾ ਤੁਸੀਂ ਇੰਨਾ ਹੀ ਜਪ ਲਓ ਕਿ ਸਰਬ ਰੋਗੋ ਔਖਦਨਾ ਦੱਸ ਦੇ ਆ ਕਿ ਉਸ ਬੀਬੀ ਦਾ ਜਿਹੜਾ ਕਰੀਬੀ ਕੋਈ ਰਿਸ਼ਤੇਦਾਰ ਸੰਜਣ ਸਗਾ ਉਸ ਨੇ ਇਹ ਪੰਕਤੀ ਜਿਹੜੀ ਸੀ ਮਹਾਪੁਰਖਾਂ ਨੇ ਦਿੱਤੀ ਸੀ ਬੜੇ ਪ੍ਰੇਮ ਦੇ ਨਾਲ ਉਸ ਬੀਬੀ ਨੂੰ ਸੁਣਾਉਣੀ ਚਾਲੂ ਕੀਤੀ ਸਵੇਰ ਸ਼ਾਮ ਉਹਦੇ ਸਰਾਣੇ ਬੈਠ ਕੇ ਇਹ ਪੰਕਤੀ ਜਿਹੜੀ ਸੀ ਆਪਣੀ ਰਸਨਾ ਤੋਂ ਬੜੇ ਪ੍ਰੇਮ ਦੇ ਨਾਲ ਵਿਚਾਰ-ਤਿਆਰ ਕੇ ਸੁਣਾਉਂਦਾ ਰਿਹਾ ਜਿਉਂ-ਜਿਉਂ ਇਹ ਪੰਕਤੀ ਬੀਬੀ ਸੁਣਦੀ ਰਹੀ ਹੈ ਨਾ ਗਰਵਾਣੀ ਦੀ ਜਿਉਂ-ਤਿਉ ਉਹਦੀ ਜਿਹੜੀ ਸਿਹਤ ਸੀਗੀ ਉਸ ਦੇ ਵਿੱਚ ਸੁਧਾਰ ਹੋਣ ਲੱਗ ਪਿਆ ਯਾਦ ਸਿਹਾਰੋਂ ਲੱਭੇ ਤਕਰੀਬਨ ਹਫਤੇ ਬਾਅਦ ਉਸ ਬੀਬੀ ਦਾ ਜਿਹੜਾ ਸਰੀਰ ਹੈਗਾ ਜਿਹੜਾ ਸੀਗਾ ਉਸ ਨੂੰ ਤਕਰੀਬਨ ਅੱਧਾ ਫਰਕ ਪੈ ਗਿਆ ਜਦ 50% ਉਸ ਬੀਬੀ ਦੇ ਜਿਹੜਾ ਸਰੀਰ ਨੂੰ ਫਰਕ ਪਿਆ ਤੇ ਉਸ ਬੀਬੀ ਨੂੰ ਭੁੱਖ ਵੀ ਲੱਗਣ ਲੱਗ ਪਈ ਤੇ ਉਹ ਜਿਹੜੀ ਸੀ ਉਹ ਕੁਝ ਉੱਠ ਕੇ ਫਿਰ ਤੁਰਨ ਫਿਰਨ ਮਿਲ ਲੱਗੀ ਘਰ ਦੇ ਬੜੇ ਹੈਰਾਨ ਹੋਏ ਪੇ ਜਿਸ ਬੀਬੀ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਹਦੇ ਉਹ ਦੀ ਸੇਵਾ ਕਰ ਲਓ ਇਹ 2-4 ਦਿਨ ਦੀ ਪ੍ਰਾਹੁਣੀ ਆ ਤੇ ਅਸੀਂ ਤਾਂ ਮਾਹਪੁਰਖਾਂ ਦੇ ਪਾਸ ਗਏ ਸੀ ਕਿ ਤੁਸੀਂ ਅਰਦਾਸ ਕਰਦੇ ਹੋ ਇਸ ਬੀਬੀ ਦਾ ਜਿਹੜਾ ਹੈਗਾ ਇੱਥੇ ਪੜਦਾ ਪਾ ਦਿਓ ਪਰ ਮਾਹਪੁਰਖਾਂ ਨੇ ਉਲਟੀ ਪੰਕਤੀ ਦਿੱਤੀ ਹੈ ਗੱਲ ਕੀ ਮਹੀਨੇ ਦੇ ਅੰਦਰ ਅੰਦਰ ਉਹ ਸੱਜਣ ਜਿਹੜੇ ਸੀਗੇ ਇਸ ਬੀਬੀ ਨੂੰ ਜਿਹੜੀ ਸੀ ਉਸ ਪੰਕਤੀ ਦਾ ਜਾਪ ਸਵੇਰ ਸ਼ਾਮ ਦੁਪਹਿਰ ਜਦ ਵੀ ਟਾਈਮ ਹੋਵੇ ਕੋਲ ਸੜਾਈ ਜਾਣਾ ਉਹ ਬੀਬੀ ਜਿਹੜੀ ਸੀ ਨਾ ਬਿਲਕੁਲ ਤੰਤਰੁਸਤ ਹੋ ਗਈ ਜਿਵੇਂ ਉਹ ਕਹਿ ਲੋ ਕਿ ਸਾਰੀ ਬਿਮਾਰੀ ਜਿਹੜੀ ਸੀ ਖੰਭ ਲਾ ਕੇ ਉੱਡ ਗਈ ਮਹੀਨੇ ਸਵਾ ਮਹੀਨੇ ਬਾਅਦ ਉਹ ਬੀਬੀ ਜਿਹੜੀ ਸੀ ਘਰ ਦੇ ਸਾਰੇ ਕੰਮ ਕਾਜ ਸੀਗੇ ਹਨ ਉਹ ਫੇ ਆਮ ਕਰਨ ਲੱਪੇ ਜਦ ਕੰਮ ਕਰਨ ਲੱਗ ਪਈ ਝਾੜੂ ਬਹਾਰੂ ਕਰਨਾ ਪ੍ਰਸ਼ਾਦਾ ਪਾਣੀ ਬਣਾਉਣਾ ਦਾਲ ਸਬਜ਼ੀ ਬਣਾਉਣ ਲੱਗ ਪਈ ਤਾਂ ਘਰ ਦੇ ਹੈਰਾਨ ਹੋ ਗਏ ਜਦ ਘਰ ਦੇ ਹੈਰਾਨ ਹੋਏ ਬਸ ਫੇਰ ਕੀ ਸੀ ਬੱਬਾ ਈਸ਼ਰ ਸਿੰਘ ਹੁਣਾਂ ਦੀ ਇਸ ਗਰਬਾਣੀ ਦੇ ਪੰਕਤੀ ਦੁਆਰਾ ਦਿੱਤਾ ਗਿਆ ਚਮਤਕਾਰ ਦੀਆਂ ਧੁੰਮਾਂ ਜਿਹੜੀਆਂ ਸੀ ਉਹ ਰਿਸ਼ਤੇਦਾਰਾਂ ਵਿੱਚ ਪੈ ਗਈਆਂ ਜਦ ਰਿਸ਼ਤੇਦਾਰਾਂ ਚ ਪਈਆਂ ਬਸ ਫੇਰ ਕੀ ਸਾਰੇ ਰਿਸ਼ਤੇਦਾਰ ਜਿਹੜੇ ਸੱਜਣ ਸੀਗੇ ਘਰ ਦੇ ਪਰਿਵਾਰ ਦੇ ਮੈਂਬਰ ਸੀ ਤੇ ਇੱਕ ਦਿਨ ਹੈ ਨਾ ਬਾਬਾ ਇਸ਼ਰ ਸਿੰਘ ਹੁਣਾਂ ਦੇ ਪਾਸ ਫੇਰ ਆਏ ਜਦਾਈ ਕਿਉਂਕਿ ਇਹ ਜਿਹੜੀ ਬੀਬੀ ਬਿਮਾਰ ਰਹਿੰਦੀ ਸੀਗੀ ਹਨਾ ਵਿਆਹੀ ਹੋਈ ਸੀਗੀ ਤੇ ਜਦ ਵਿਆਹੀ ਹੋਈ ਸੀ ਪਰ ਇਹਦੇ ਵਜ੍ਹਾ ਨਹੀਂ ਸੀ ਹੁਣ ਦੇਖੋ ਬੀਬੀ ਤੰਦਰੁਸਤ ਹੋ ਗਈ ਸਾਰੇ ਕੰਮਕਾਰ ਜਿਹੜੇ ਸੀ ਬੜੀ ਸਾਨੀ ਦੇ ਨਾਲ ਬੜੀ ਫੁਰਤੀ ਦੇ ਨਾਲ ਬੜੀ ਖੁਸ਼ੀ ਨਾਲ ਕਰਨ ਲੱਗ ਪਈ ਉਹ ਪਰਿਵਾਰ ਜਾਂ ਰਿਸ਼ਤੇਦਾਰ ਜਿਹੜੇ ਸੀ ਉਹਦੇ ਸਹੁਰੇ ਵੀ ਜਿਹੜੇ ਸੀ ਜਦ ਇਕੱਠੇ ਹੋ ਗਿਆ ਏ ਤੇ ਉਹਨਾਂ ਨੇ ਆਗੇ ਨਾ ਬਾਬਾ ਇਸ਼ ਸਿੰਘ ਉਹਨਾਂ ਨੇ ਬੱਸ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਹੈ ਨਾ ਇਸ ਬੀਬੀ ਨੂੰ ਨਵਾਂ ਜੀਵਨ ਦਾਾਨ ਦਿੱਤਾ ਹੈਗਾ ਬਸ ਅਸੀਂ ਆਪ ਜੀ ਦੇ ਅਗੇ ਰਜੋਈ ਕਰਦੇ ਆ ਕਿ ਜਿਹੜਾ ਤੁਸੀਂ ਨਵਾਂ ਜੀਵਨ ਦਾਾਨ ਦਿੱਤਾ ਹੈ ਨਾ ਇਸ ਨਵੇਂ ਜੀਵਨ ਦਾਾਨ ਦੇ ਨਾਲ ਕਿਉਂਕਿ ਇਸ ਬੀਬੀ ਦੀ ਜਿਹੜੀ ਗੋਦ ਹੈਗੀ ਸੁੰਨੀ ਹੈਗੀ ਤੇ ਤੁਸੀਂ ਇਹਦੀ ਗੋਦ ਜਿਹੜੀ ਹੈ ਨਾ ਆਪਣੀ ਕਿਰਪਾ ਕਰੋ ਕਿ ਇਹਦੀ ਗੋਦ ਜਿਹੜੀ ਹਰੀ ਹੋ ਜਵੇ ਜਦ ਬੱਬਾ ਇਸ਼ਾ ਸਿੰਘ ਜੀ ਦੇ ਪਾਸ ਸਭ ਪਰਿਵਾਰ ਨੇ ਗੱਲ ਕੀਤੀ ਤੇ ਬੱਬਾ ਇਸ਼ਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਭਾਈ ਇਹ ਨਹੀਂ ਹੋ ਸਕਦਾ ਜਦ ਇੰਨੀ ਗੱਲ ਸਾਰਾ ਪਰਿਵਾਰ ਹੈਰਾਨ ਉਹ ਕਹਿੰਦੇ ਮਹਾਂਪੁਰਖ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਤਾਂ ਸਭ ਕੁਝ ਕਰ ਸਕਦੇ ਆਂ ਕਰੇ ਇਸ ਬੀਬੀ ਨੂੰ ਨਵਾਂ ਜੀਵਨ ਦਾਨ ਦੇ ਸਕਦੇ ਸੀ ਗੋਦ ਵੀ ਤੁਸੀਂ ਹਰੀ ਕਰ ਸਕਦੇ ਆਂ ਬਾਬਾ ਜੀ ਕਹਿਣ ਲੱਗੇ ਨਹੀਂ ਸਾਡੇ ਹੱਥ 'ਵਸ ਕੁਛ ਨਹੀਂ ਜੋ ਵੀ ਕੁਛ ਹੈ ਉਹ ਨਿਰੰਕਾਰ ਦੇ ਹੱਥ 'ਵਸ ਆ ਪੰਦਰੰਕਾਰ ਦਾ ਇਹ ਹੁਕਮ ਹੈਗਾ ਕਿ ਇਹ ਬੀਬੀ ਜਿਹੜੀ ਹੈਗੀ ਆ ਇਹ ਆਪਣੀ ਪੂਰੀ ਉਮਰ ਹੁਣ ਭੋਗੂਗੀ ਪਰ ਇਹ ਆਪਣੇ ਬੱਚੇ ਦਾ ਸੁੱਖ ਨਹੀਂ ਮਾਣ ਸਕਦੀ ਇਹਦੀ ਗੋਦ ਜਿਹੜੀ ਹੈ ਨਾ ਹਮੇਸ਼ਾ ਸੁੰਨੀ ਰਹੂਗੀ ਜਦੋਂ ਮਾਪੁਰਖਾਂ ਨੇ ਜਿਹੜਾ ਸੀ ਇਹ ਬਚਨ ਜਿਹੜਾ ਸੀਗਾ 100 ਗੱਜ ਰੱਸਾ ਸਿਰੇ ਤੇ ਗੰਢ ਜਿਹੜਾ ਸੀ ਫਾਈਨਲ ਸੁਣਾ ਦਿੱਤਾ ਫਿਰ ਪਰਿਵਾਰ 'ਚ ਜਿੰਨੀ ਖੁਸ਼ੀ ਸੀਗੀ ਹੈ ਨਾ ਉਸ ਤੋਂ ਬਾਅਦ ਸਾਰਾ ਪਰਿਵਾਰ ਚੁੱਪ ਕਰ ਗਿਆ ਉਸ ਤੋਂ ਬਾਅਦ ਫਿਰ ਉਹ ਜਿਹੜਾ ਪਰਿਵਾਰ ਸੀਗਾ ਉਸ ਬੀਬੀ ਨੂੰ ਆਪਣੇ ਗ੍ਰਹਿ ਵਿਖੇ ਲੈ ਆ ਉਹ ਬੀਬੀ ਜਿਹੜੀ ਸੀਗੀ ਦੇਖੋ ਉਹ ਅੱਜ ਵੀ ਬੀਬੀ ਜਿਹੜੀ ਹਨ ਉਹ ਜਿਉਂਦੀ ਹੈਗੀ ਆ ਪਰ ਉਹਦੀ ਗੋਦ ਜਿਹੜੀ ਸੁੰਨੀ ਦੀ ਸੁੰਨੀ ਰਹੀ ਉਹਦੇ ਬੱਚਾ ਨਹੀਂ ਹੋਇਆ ਪਰ ਹਾਂ ਸੇਧ ਬਖੋ ਬੀਬੀ ਜਿਹੜੀ ਬਿਲਕੁਲ ਤੰਦਰੁਸਤ ਹੈਗੀ ਆ ਇਹ ਤਾਂ ਹੁਣ ਮਹਾਪੁਰਖ ਜਾਣਦੇ ਆ ਕਿ ਉਹਦਾ ਪਿਛਲਾ ਜਿਹੜਾ ਕਰਮ ਰੋਗ ਸੀਗਾ ਇੱਕ ਕਰਮ ਰੋਗ ਤੇ ਜਿਹੜੀ ਬਿਮਾਰੀ ਦਾ ਕਟਿਆ ਗਿਆ ਪਰ ਦੂਜਾ ਕਰਮ ਰੋਗ ਜਿਹੜਾ ਬੱਚੇ ਦਾ ਸੁੱਖ ਸੀਗਾ ਬੂਬੀ ਦੇ ਨਸੀਬਾਂ ਵਿੱਚ ਨਹੀਂ ਹੋਇਆ ਕਿਉਂਕਿ ਮਹਾਪੁਰਖਾਂ ਨੇ ਜਿਹੜਾ ਸੀ ਸਾਫ਼ ਜਵਾਬ ਦੇ ਦਿੱਤਾ ਸੀ ਉਹ ਕਹਿਣ ਲੱਗੇ ਪਈ ਨਿਰੰਕਾਰ ਦਾ ਹੁਕਮ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਹੁਕਮ ਦੀ ਜਿਹੜੀ ਹੈਗੀ ਆ ਉਹ ਅਲੰਘਣਾ ਨਹੀਂ ਕਰ ਸਕਦੇ ਇਸ ਕਰਕੇ ਬੀਬੀ ਜਿਹੜੀ ਹੈ ਆਪਣੀ ਉਮਰ ਤਾਂ ਪੂਰੀ ਭੋਗੋਗੇ ਪਰ ਬੱਚੇ ਦਾ ਸੋਖੇ ਦੇ ਕਰਮਾ 'ਚ ਨਹੀਂ ਆ। ਸੋ ਕਹਿਣ ਤੋਂ ਪਾਵੇ ਆ ਕਿ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੀ ਜਿਹੜੀ ਨજર ਹੈਗੀ ਸੀਗੀ ਬੰਦਗੀ ਭਜਨ ਸਿਮਰਨ ਵਾਲੀ ਉਹ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਭਾਵਕੀ ਬਾਹਰ ਦਰਸ਼ੀ ਨજર ਹੈਗੀ ਆ। ਜਿਸ ਨજર ਦੇ ਨਾਲ ਜਿਹੜੇ ਇਨਸਾਨ ਦੇ ਅੰਦਰ ਜੋ ਵੀ ਜਨਮਾਂ ਜਨਮਾਂ ਦੇ ਜੋ ਲੇਖ ਲਿਖੇ ਹੁੰਦੇ ਆ ਮਹਾਂਪੁਰਖ ਉਹਨਾਂ ਨੂੰ ਸਾਨੀ ਨਾਲ ਪੜ ਲੈਂਦੇ ਆ ਤੇ ਪਰਮਾਤਮਾ ਦਾ ਹੁਕਮ ਉਸ ਦੀ ਰਜਾ ਨੂੰ ਵੀ ਆਸਾਨੀ ਨਾਲ ਬੁੱਝਦੇ ਆ। ਇਸ ਕਰਕੇ ਮਹਾਂਪੁਰਖ ਜਿਹੜੇ ਹੈ ਉਹ ਆਪਣੀ ਖੁਸ਼ੀ ਦੇ ਨਾਲ ਸਾ ਕੋਈ ਕੰਮ ਨਹੀਂ ਕਰਦੇ ਜਿਸ ਕੰਮ ਦੇ ਵਿੱਚ ਉਸ ਨਿਰੰਕਾਰ ਦੀ ਖੁਸ਼ੀ ਸ਼ਾਮਲ ਨਾ ਹੋਵੇ ਇਸ ਕਰਕੇ ਮਹਾਂਪੁਰਖ ਜਿਹੜੇ ਹੈਗੇ ਆ ਉਹ ਜੋ ਵੀ ਕੰਮ ਕਰਦੇ ਆ ਜਾਂ ਕਾਰਜ ਕਰਦੇ ਆ ਉਹ ਹੁਕਮ ਦੇ ਅੰਦਰ ਕਰਦੇ ਆ ਇਸੇ ਕਰਕੇ ਗਰਵਾਣੀ ਨੇ ਆਖਿਆ ਕਿ ਹੁਕਮੇ ਅੰਦਰ ਸਭ ਕੋ ਵਹਾਰ ਹੁਕਮ ਨਾਲ ਕੋਈ ਇਸ ਕਰਕੇ ਹੁਕਮ ਤੋਂ ਬਾਹਰ ਇਹ ਚੱਲਦੇ ਨਹੀਂ ਇਹ ਮਹਾਂਪੁਰਖਾਂ ਦੀ ਜਿਹੜੀ ਹੈ ਇਹ ਨਿਸ਼ਾਨੀ ਹੁੰਦੀ ਹੈਗੀ ਆ ਸੋ ਦਾਸ ਮਹਾਂਪੁਰਖ ਬਾਬਾ ਇਸ਼ਰ ਸਿੰਘ ਹੁਣਾਂ ਦੇ ਇਹਨਾਂ ਬਚਨਾਂ ਦੇ ਨਾਲ ਇਸ ਅਦੁੱਤੀ ਜੋ ਘਟਨਾ ਸੀਗੀ ਇਸ ਦਾ ਜੇਕਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਹੁਣ ਖੇਮਾ ਦਾ ਜਾਚਕਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ